ਗੁਰਨਾਮ ਭੁੱਲਰ, ਮਾਈ ਸ਼ਰਮਾ, ਪ੍ਰਾਂਜਲ ਗਈਆ। आवाज नहीं आ रही है, पहले सिटी मारे जा रहे हो। बताओ कैसा लगा आप लोगों को? मेरा बालम थानेदार चला मैं जिप से। मेरे नाल गालो शो। अच्छा देखो, पेचा भी उन्हों का प्याज, इन्हों का फिल्म च भी पेचा पैंदा। ਕੀ ਹਾਲ ਚਾਲ ਹੈ ਜੀ? ਸੋ ਅੱਜ ਹੈਪੀ ਵੈਲੈਂਟਾਈਨਸ ਡੇ ਮਨਾ ਰਹੇ ਹੋ ਕਿ ਦਿਲ ਟੁੱਟ ਗਿਆ ਅੱਜ ਸਾਰਿਆਂ ਦਾ? ਕੋਈ ਨੀ, ਤੁਸੀਂ ਉਮੀਦ ਨਾ ਛੱਡਿਓ ਜੇ ਦਿਲ ਟੁੱਟ ਵੀ ਗਿਆ ਤਾਂ। ਸੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਾਡੀ ਆਉਣ ਵਾਲੀ ਫਿਲਮ ਰੋਜ਼ ਰੋਜ਼ੀ ਅਤੇ ਗੁਲਾਬ, ਜਿਹੜੀ ਕਿ 24 May ਨੂੰ ਰਿਲੀਜ਼ ਹੋ ਰਹੀ ਹੈ। ਅੱਜ ਉਹਦਾ ਫਸਟ ਲੁੱਕ ਲਾਂਚ ਹੋ ਰਿਹਾ ਅਤੇ ਸਾਰੀ ਮੀਡੀਆ ਨੂੰ ਬਹੁਤ ਬਹੁਤ ਥੈਂਕਸ, ਬਹੁਤ ਵੈਲਕਮ ਸਾਡੀ ਸਾਰੀ ਟੀਮ। ਡਾਇਰੈਕਟਰ ਸਾਹਿਬ ਪਲੀਜ਼ ਆ ਜਾਓ। ਔਰ ਸਾਡੀ ਪ੍ਰੋਡਕਸ਼ਨ ਟੀਮ, ਸਾਰੇ ਪ੍ਰੋਡਿਊਸਰ ਸਾਹਿਬ, ਮਨੀਸ਼ ਭਾਅ ਜੀ, ਮਨੀਸ਼ ਓਮ ਜੀ, ਜ਼ੋਰਦਾਰ ਤਾੜੀਆਂ। ਪ੍ਰੀਤ ਵੀਰਾ ਡਾਇਰੈਕਟਰ, ਸੁਵਿਧਾ ਗੋ ਪ੍ਰੋਡਿਊਸਰ, ਸਾਰੇ ਜਸਵਿੰਦਰ। ਕੀ ਹਾਲ ਚਾਲ ਹੈ ਜੀ? ਸੋ ਅੱਜ ਹੈਪੀ ਵੈਲੈਂਟਾਈਨਸ ਡੇ ਮਨਾ ਰਹੇ ਹੋ ਕਿ ਦਿਲ ਟੁੱਟ ਗਿਆ ਅੱਜ ਸਾਰਿਆਂ ਦਾ? ਕੋਈ ਨੀ, ਤੁਸੀਂ ਉਮੀਦ ਨਾ ਛੱਡਿਓ ਜੇ ਦਿਲ ਟੁੱਟ ਵੀ ਗਿਆ ਤਾਂ। ਸੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਾਡੀ ਆਉਣ ਵਾਲੀ ਫਿਲਮ ਰੋਜ਼ ਰੋਜ਼ੀ ਅਤੇ ਗੁਲਾਬ, ਜਿਹੜੀ ਕਿ 24 May ਨੂੰ ਰਿਲੀਜ਼ ਹੋ ਰਹੀ ਹੈ। ਅੱਜ ਉਹਦਾ ਫਸਟ ਲੁੱਕ ਲਾਂਚ ਹੋ ਰਿਹਾ ਅਤੇ ਸਾਰੀ ਮੀਡੀਆ ਨੂੰ ਬਹੁਤ ਬਹੁਤ ਥੈਂਕਸ, ਬਹੁਤ ਵੈਲਕਮ ਸਾਡੀ ਸਾਰੀ ਟੀਮ। ਡਾਇਰੈਕਟਰ ਸਾਹਿਬ ਪਲੀਜ਼ ਆ ਜਾਓ। ਔਰ ਸਾਡੀ ਪ੍ਰੋਡਕਸ਼ਨ ਟੀਮ, ਸਾਰੇ ਪ੍ਰੋਡਿਊਸਰ ਸਾਹਿਬ, ਮਨੀਸ਼ ਭਾਅ ਜੀ, ਮਨੀਸ਼ ਓਮ ਜੀ, ਜ਼ੋਰਦਾਰ ਤਾੜੀਆਂ। ਪ੍ਰੀਤ ਵੀਰਾ ਡਾਇਰੈਕਟਰ, ਸੁਵਿਧਾ ਕੋ ਪ੍ਰੋਡਿਊਸਰ, ਸਾਰੇ ਜਸਵਿੰਦਰ। ਯਾਰ ਤੁਸੀਂ ਇੰਨੀ ਸ਼ਾਂਤੀ ਬਣਾਤੀ ਨਾ, ਸਾਡਾ ਦਿਲ ਨਹੀਂ, ਹੌਸਲਾ ਨਹੀਂ ਪੈ ਰਿਹਾ ਬੋਲਣ ਦਾ। ਅਸੀਂ ਕੋਈ ਲੈਕਚਰ ਨਹੀਂ ਦੇਣਾ ਤੁਹਾਨੂੰ। ਸੋ ਦੱਸੋ, ਮੇਰੇ ਕੋਲ ਦੋ ਹੀਰੋਇਨਾਂ ਖੜੀਆਂ, ਕਿਹਦੇ ਨਾਲ ਪਹਿਲਾਂ ਗੱਲ ਕਰਨੀ ਆ? ਇੱਕ ਰੋਜ਼ ਹੈ ਤੇ ਇੱਕ ਰੋਜ਼ੀ ਹੈ, ਕੌਣ ਲੱਗਦਾ ਰੋਜ਼ੀ ਕੌਣ ਹੈ? ਸੋ ਤੁਸੀਂ ਦੋਨਾਂ ਨਾਲ ਗੱਲ ਕਰੋ। ਹੈਲੋ, ਮਖਾ ਜੀ ਰਾਮ ਰਾਮ ਨੂੰ ਸਵਾਦ ਨਹੀਂ ਆਊਗਾ, ਇੱਕ ਵਾਰ ਦੁਬਾਰਾ ਮਖਾ ਜੀ ਰਾਮ ਰਾਮ ਈਬ ਸਵਾਦ ਆਇਆ ਥੋੜ੍ਹਾ ਸਾ। ਸੋ ਥੈਂਕ ਯੂ ਸੋ ਮਚ ਹਮੇ ਆ ਬੁਲਾਨੇ ਕੇ ਲਈ, ਬਹੁਤ ਅੱਛਾ ਲੱਗ ਰਿਹਾ ਆਪ ਲੋਕੋ ਕੇ ਬੀਚ ਮੈਂ ਆ ਕੇ, ਆਪਣੀ ਮੇਰੀ ਪਹਿਲੀ ਫਿਲਮ ਹੈ ਆਪ ਲੋਕੋ ਕੇ ਬੀਚ, ਵੋ ਵੀ ਪੰਜਾਬੀ।
हरियाणा से हूँ और एक हरियाणवी आर्टिस्ट पंजाबी में काम कर रहा है, तो बहुत खुशी की बात है ऐसी सपोर्ट करना जैसे हरियाणवी गाने को करती हूँ। और एक जोरदार ताली कर दो यार, ऐसे मजा सा नहीं आ रहा। पहली मेरी पहली मूवी है, मैं पहली बहुत घबरा रही हूँ, ऊपर से आप लोग ऐसे देखोगे तो और घबरा जाएगी, थोड़ी सी हूटिंग हार्टिंग होनी चाहिए, तालियां बजनी चाहिए। सो थैंक यू सो मच ऐसी सपोर्ट करना। 24 मई को रोज रोजी ते गुलाब आ रही है, जरूर जाके देखना। हरियाणा वाला तुम तो जरूर जाना, दो दो टिकट लेके जाना, वैलेंटाइन माँ जाके बना लेना, 24 तारीख को बनाना। तो ओवर टू माही। सत श्री अकाल जी सारिआं नूं। ਮੈਨੂੰ ਪਤਾ ਕੀ ਲੱਗਦਾ, ਤੁਸੀਂ ਬਾਹਲੇ ਅੱਕੇ ਪਏ ਹੋ, ਤੁਹਾਡੀ ਗੱਲਬਾਤ ਨਹੀਂ ਬਣੀ ਅੱਜ, ਅਤੇ ਤੁਸੀਂ ਸਾਰੇ ਸਾਡੇ 'ਤੇ ਲਾ ਰਹੇ ਹੋ ਅੱਜ। ਸੌ ਲੱਗੇ ਇੰਨਾ ਸਵਾਦ ਨਹੀਂ ਆ ਰਿਹਾ ਸੱਚੀ। ਕੁੜੀਆਂ ਤਾਂ ਚੱਲ ਲੱਗਦੀਆਂ ਹੁੰਦੀਆਂ, ਮੁੰਡੇ ਤੁਸੀਂ ਰੌਲਾ ਪਾ ਦਿਓ। ਹਾਏ ਮੁੰਡੇ ਵੀ ਨਹੀਂ ਪਾ ਰਹੇ, ਤੁਸੀਂ ਏਕਾ ਕਰਕੇ ਆਏ ਹੋ ਨਾ। ਮੈਂ ਇੱਥੇ ਗੱਲ ਨਹੀਂ ਕਰਨੀ, ਸਾਡੀ ਫਿਲਮ ਆ ਰਹੀ ਹੈ 24 ਮਈ ਨੂੰ। ਉਹ ਤਾਂ ਚਲੋ ਬਾਹਲੀ ਦੂਰ ਅਸੀਂ ਦਬਾਓ, ਉਹਨੇ ਦੇਰ ਪਤਾ ਨਹੀਂ ਦੂਜਾ ਗੇੜਾ ਮਾਰ ਜਾਂਗੇ ਤੁਹਾਡੇ ਕੋਲ। ਅਤੇ ਅੱਜ ਸਾਡੀ ਫਸਟ ਲੁੱਕ ਰਿਵੀਲ ਹੋ ਰਹੀ ਹੈ। ਮੈਂ ਫਿਲਮ 'ਚ ਰੋਜ਼ੀ ਦਾ ਕਰੈਕਟਰ ਕਰ ਰਹੀ ਹਾਂ, ਮੇਰੀ ਦੂਜੀ ਫਿਲਮ ਹੈ, ਅਤੇ ਮੈਨੂੰ ਵੀ ਨਰਵਸਨੈਸ ਹੋ ਰਹੀ ਹੈ। ਮੈਂ ਕੋਈ ਬਾਹਲੀ ਵੱਡੀ ਐਕਟਰ ਨਹੀਂ, ਪਰ ਮੈਨੂੰ ਪਤਾ ਤੁਸੀਂ ਪਿਆਰ ਦੇਣਾ ਜਾ ਕੇ, ਕਿਉਂਕਿ ਗੁਰਨਾਮ ਭੁੱਲਰ ਜੀ ਦੀ ਮੂਵੀ ਹੈ ਨਾ, ਅਤੇ ਕੁੜੀਆਂ ਨੇ ਜ਼ਰੂਰ ਜਾਣਾ ਦੇਖਣ। ਹਾਂ 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 ਇਹ ਕੁੜੀਆਂ ਮੈਂ ਲਾ ਲਿਆ ਸਭ, ਵੈਸੇ ਹੈ ਨਹੀਂ ਗੱਲਬਾਤ ਜੀਰੋ। ਮੈਂ ਤੁਹਾਨੂੰ ਸ਼ਾਇਰੀ ਸੁਣਾ ਦਿੰਦੀ ਹਾਂ ਜੋ ਕਿ ਮੇਰਾ ਕੰਮ ਹੈ, ਠੀਕ ਹੈ। ਅਤੇ ਫਿਲਮ 'ਚ ਵੀ ਮੇਰਾ ਇਹੋ ਜਿਹਾ ਹੀ ਰੋਲ ਹੈ, ਸ਼ਾਇਰੀਆਂ ਹੀ ਕਰੀ ਜਾਂਦੀ ਹਾਂ, ਪੈਂਦੀ ਸੁੱਟੇ ਸ਼ਾਇਰੀ, ਪੈਂਦੀ ਸੁੱਟੇ ਸ਼ਾਇਰੀ, ਗੱਲ ਗੱਲ 'ਤੇ ਸ਼ਾਇਰੀ, ਠੀਕ ਹੈ ਸੁਣਾ ਦਿੰਦੀ ਹਾਂ। ਕੀ ਮੁਹੱਬਤ ਦੀ ਗੱਲ ਕਰਾਂ, ਕੀ ਇਤਬਾਰ ਦੀ ਗੱਲ ਕਰਾਂ, ਖਾਰ ਰੱਖਦਾ ਹੈ ਅੱਜ ਕੱਲ੍ਹ, ਕੀ ਯਾਰ ਦੀ ਗੱਲ ਕਰਾਂ, ਨਫ਼ਰਤ ਗਲਤ ਹੀ ਕਾ ਗਈ, ਕੀ ਪਿਆਰ ਦੀ ਗੱਲ ਕਰਾਂ, ਕਿਸੇ ਦਾ ਗੀਤ ਤਰਜ ਕਿਸੇ ਦੀ, ਕੀ ਕਲਾਕਾਰ ਦੀ ਗੱਲ ਕਰਾਂ, ਹਾਲਤ ਅੱਜ ਵੀ ਉਹੀ ਹੈ, ਕੀ ਸਰਕਾਰ ਦੀ ਗੱਲ ਕਰਾਂ, ਹਾਸੇ ਵਿੱਚ ਲੈ ਜਾਂਦਾ ਹੈ ਹਰ ਵਾਰੀ, ਕੀ ਵਿਚਾਰ ਦੀ ਗੱਲ ਕਰਾਂ, ਨਾਮ ਯਾਰਾਂ ਦਾ ਹੀ ਆਉਂਦਾ ਜੇ ਗੱਦਾਰ ਦੀ ਗੱਲ ਕਰਾਂ। ਇੱਕ ਵਾਰੀ ਹੋਰ ਸ਼ਾਇਰੀ ਹੈ, ਉਹ ਮੈਂ ਸੁਣਾ ਦਿੰਦੀ ਹਾਂ, ਠੀਕ ਹੈ, ਮੈਨੂੰ ਲੱਗਦਾ ਉਹ ਤਾਂ ਤੁਸੀਂ ਸੁਣੀ ਹੋਣੀ ਹੈ। ਆਏ ਹੁਣ ਬੜੀ ਤੇਰੀ ਆਵਾਜ਼ ਨਿਕਲੀ, ਕਿਹਦੀ ਨਿਕਲੀ ਹੈ, ਇੱਕ ਤਾਂ ਤੇਰਾ ਨਾਂ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ, ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ, ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ, ਜਿਸ ਥਾਂ 'ਤੇ ਹੋਵੇ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ, ਜਿਸ ਰਾਹ ਤੋਂ ਵੀ ਗੁਜ਼ਰੀ ਹੈ ਸਾਨੂੰ ਉਹ ਹਰ ਰਾਹ ਪਸੰਦ ਹੈ, ਤੂੰ ਪਸੰਦ ਹੈ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ, ਆਹਾ ਤੇਰੇ ਨਾਲ ਮੁਹੱਬਤ ਹੈ ਤੂੰ ਸਾਨੂੰ ਤਾਂ ਪਸੰਦ ਹੈ। ਇੱਕ ਲਾਈਨ ਮੈਂ ਆਪਣੇ ਸੂਟ 'ਤੇ ਵੀ ਬੋਲਣੀ ਹਾਂ, ਤੁਹਾਨੂੰ ਪਤਾ ਹੀ ਹੈ, ਫਿਰ ਮੈਂ ਥੋੜ੍ਹਾ ਜੈਕਾ ਜਿਹਾ ਮਾਰ ਦਿੰਦੀ ਹੁੰਦੀ ਸਟੇਜ 'ਤੇ, ਕਿਉਂਕਿ ਉੱਦਾਂ ਤਾਂ ਮੈਂ ਗਾ ਨਹੀਂ ਸਕਦੀ। ਮਾੜਾ ਸੂਟ ਅੱਲੜ ਪਸੰਦ ਨਾ ਕਰੇ ਮਾੜੇ ਗੱਭਰੂ ਦੇ ਉੱਤੋਂ ਕਿੱਦਾਂ ਦਿਲ ਹਾਰ ਜੂ, ਠੀਕ ਹੈ। ਅਤੇ ਤੁਸੀਂ ਪਹਿਲੀ ਲੁੱਕ ਸਾਡੀ ਦੇਖ ਲਿਓ, ਵੈਸੇ ਅਸੀਂ ਦਿਖਾਵਾਂਗੇ ਮੈਨੂੰ ਲੱਗਦਾ,
ਤੇ ਬਾਕੀ ਦੇਖ ਕੇ ਗੱਲਾਂ ਕਰਦੇ ਹਾਂ ਗੁਰਨਾਮ ਜੀ ਨਾਲ। ਕੁੜੀਓ ਕੋਈ ਗੱਲ ਨਹੀਂ, ਮੈਨੂੰ ਪਤਾ ਤੁਹਾਨੂੰ ਬਾਹਲਾ ਫੀਲ ਹੋ ਰਿਹਾ, ਕੋਈ ਨਾ ਯਾਰ ਇੱਕ ਜ਼ੋਰਦਾਰ ਤਾੜੀਆਂ ਮਾਹੀ ਤੇ ਪ੍ਰਾਂਜਲ ਨੇ। ਮੈਂ ਸੱਚੀ ਦੱਸਾਂ ਮੈਂ ਇਹਨਾਂ ਦੋਨਾਂ ਦਾ ਬਹੁਤ ਵੱਡਾ ਫੈਨ ਹਾਂ, ਪ੍ਰਾਂਜਲ ਤੇ ਮਾਹੀ। ਮਾਹੀ ਤੇ ਮੈਂ ਬਹੁਤ ਸਾਲ ਪਹਿਲਾਂ ਅਸੀਂ ਇੱਕ ਗਾਣਾ ਕੀਤਾ ਸੀ, ਉਦੋਂ ਮੇਰਾ ਵੀ ਕਰੀਅਰ ਸਟਾਰਟ ਹੋ ਰਿਹਾ ਸੀ। ਉਹ ਗਾਣਾ ਸ਼ਾਇਦ ਤੁਹਾਨੂੰ ਪਤਾ ਹੋਵੇ, ਜਿੰਨਾ ਤੇਰਾ ਮੈਂ ਕਰਦੀ ਉਨਾ ਕਰਨਾ ਕਿਸੇ ਨੇ ਤੇਰਾ ਹੋਰ। ਤੇ ਫਾਈਨਲੀ ਅਸੀਂ ਸਾਰੇ ਫਿਲਮ ਕਰ ਰਹੇ ਹਾਂ, ਪ੍ਰਾਂਜਲ ਇਹ ਸਾਰੇ ਬਹੁਤ ਮਿਹਨਤੀ ਆਰਟਿਸਟ ਨੇ। ਅੱਛਾ ਲੇਖ ਕਿੰਨਾ ਕਿੰਨਾ ਨੇ ਦੇਖੀ ਹੈ, ਜਿਹੜੇ ਜਿਹੜੇ ਲੇਖ ਨੂੰ ਪਿਆਰ ਕਰਦੇ ਕਰੀ ਤਾੜੀ ਪਾ ਦੋ। ਸੋ ਜਿਨ੍ਹਾਂ ਨੇ ਲੇਖ ਬਣਾਈ ਹੈ ਉਹ ਡਾਇਰੈਕਟਰ ਸਾਡੇ ਕੋਲ ਨੇ, ਤੇ ਉਹਨਾਂ ਨੇ ਹੀ ਰੋਜ਼ ਰੋਜ਼ ਦੀ ਤੇ ਗੁਲਾਬ ਡਾਇਰੈਕਟ ਕੀਤੀ ਹੈ, ਮਨਵੀਰ ਬਰਾੜ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੇਖੋ ਮੈਂ ਜ਼ਿਆਦਾ ਗੱਲਾਂ ਕਰਕੇ ਤੁਹਾਨੂੰ ਬੋਰ ਨਹੀਂ ਕਰੂੰਗਾ, ਕਿਉਂਕਿ ਮੈਨੂੰ ਤੁਸੀਂ ਸ਼ਾਇਦ ਸਾਰੇ ਇੰਨੇ ਜਾਣਦੇ ਵੀ ਨਹੀਂ ਹੋਵੋਗੇ। ਮੈਂ ਛੇਤੀ ਮਾਈਕ ਵਾਪਸ ਦੇ ਦੂੰਗਾ ਗੁਰਨਾਮ ਵੀਰੇ ਨੂੰ। ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਅੱਜ ਅਸੀਂ ਲੁੱਕ ਰਿਵੀਲ ਕਰ ਰਹੇ ਹਾਂ ਸਾਡੇ ਰੋਜ਼ ਰੋਜ਼ੀ ਅਤੇ ਗੁਲਾਬ ਦੀ, ਠੀਕ ਹੈ। ਤੁਸੀਂ ਛੇਤੀ ਦੇਖ ਲਓਗੇ, ਹਜੇ ਤੱਕ ਕਿਸੇ ਨੇ ਦੇਖਿਆ ਨਹੀਂ ਹੈ ਜੋ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ, ਠੀਕ ਹੈ। ਕਿਤੇ ਯੂਟਿਊਬ 'ਤੇ ਕਿਤੇ ਕਿਤੇ ਵੀ ਆਇਆ ਨਹੀਂ ਹੈ, ਤੁਸੀਂ ਸਪੈਸ਼ਲ ਹੋ, ਤੁਸੀਂ ਪਹਿਲੇ ਹੋ ਜੋ ਦੇਖੋਗੇ, ਠੀਕ ਹੈ। ਤਾਂ ਆਪਣੇ ਆਪ ਲਈ ਵੀ ਇੱਕ ਵਾਰੀ ਤਾੜੀ ਮਾਰ ਦਿਓ। ਅਤੇ ਅੱਜ ਅਸੀਂ ਜੋ ਲੁੱਕ ਦਿਖਾ ਰਹੇ ਹਾਂ ਉਹ ਹੈ ਬੇਸਿਕਲੀ ਰੋਜ਼ ਰੋਜ਼ੀ ਅਤੇ ਗੁਲਾਬ ਦੀ, ਜੋ ਤਿੰਨ ਕਰੈਕਟਰਸ ਹੈ। ਬਾਕੀ ਸਾਡੀ ਫਿਲਮ 'ਚ ਇੱਕ ਛੋਟੇ ਛੋਟੇ ਕੰਡੇ ਨੇ, ਜਿਵੇਂ ਹਰ ਫੁੱਲ ਦੇ ਨਾਲ ਗੁਲਾਬ ਦੇ ਨਾਲ ਕੰਡੇ ਹੁੰਦੇ ਹਨ, ਉਹ ਕੰਡਿਆਂ ਦੀ ਲੁੱਕ ਤੁਹਾਨੂੰ ਅਗਲੀ ਲੁੱਕ 'ਚ ਰਿਵੀਲ ਕਰਾਂਗੇ, ਉਹ ਅੱਜ ਨਹੀਂ ਦੱਸਦੇ, ਠੀਕ ਹੈ। ਅਤੇ ਉਹ ਬੇਸਿਕਲੀ ਫਿਲਮ ਦੇ ਸਾਡੇ ਸਾਰੇ ਫਨੀ ਕਰੈਕਟਰਸ ਆ, ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਆ। ਅੱਜ ਉਹਨਾਂ ਬਾਰੇ ਤੁਹਾਨੂੰ ਕੁਛ ਰਿਵੀਲ ਨਹੀਂ ਕਰਦੇ, ਜਲਦੀ ਅਗਲੇ ਲੁੱਕ ਵਿੱਚ ਉਹਨਾਂ ਬਾਰੇ ਵੀ ਰਿਵੀਲ ਕਰਾਂਗੇ। ਅਤੇ ਹੁਣ ਬੈਕ ਟੂ ਗੁਰਨਾਮ ਵੀਰਾ, ਅਤੇ ਤੁਸੀਂ ਦੋ ਚਾਰ ਗਾਣੇ ਸੁਣਨੇ ਉਹਨਾਂ ਤੋਂ। ਜੀ ਕਰ ਰਿਹਾ ਗਾਣੇ ਸੁਣਨ ਦਾ ਤੁਹਾਡਾ? ਲਓ ਜੀ ਫਿਰ, ਇਹ ਮੇਰਾ ਘਰ ਦਾ ਕਾਲਜ ਹੈ, ਬਹੁਤ ਗਾਣੇ ਸੁਣਦੇ ਆ ਮੇਰੇ ਤੋਂ। ਤਕਰੀਬਨ 3-4 ਮਹੀਨੇ ਬਾਅਦ ਮੈਂ ਇੱਥੇ ਆਈ ਜਾਂਦਾ। ਸਾਡੇ ਪੁੱਲਰ ਸਾਹਿਬ ਮੈਮ, ਬਹੁਤ ਸਾਰਾ ਥੈਂਕਸ ਉਹਨਾਂ ਦਾ, ਉਹਨਾਂ ਨੇ ਬੜੇ ਸ਼ੋਰਟ ਨੋਟਿਸ 'ਤੇ ਸਾਰਾ ਕੁਛ ਡਿਜ਼ਾਈਨ ਕੀਤਾ। ਅਤੇ ਆਪਦਾ ਹੱਕ ਹੁੰਦਾ ਸੀ ਜੀ ਸੀ ਲਾਂਡਰਾ, ਮੈਨੂੰ ਐਂ ਲੱਗਦਾ ਕਿ ਮੇਰੀ ਆਪਣੀ ਧਰਤੀ ਹੈ। ਸੋ ਹੁਣ ਮੈਂ ਸਾਡੀ ਫਿਲਮ ਦੀ ਰੀੜ੍ਹ ਦੀ ਹੱਡੀ, ਪਿੱਲਰ ਆਫ ਦਾ ਮੂਵੀ, ਔਰ ਅੱਜ ਦੀ ਡੇਟ 'ਚ ਮੈਂ ਕਹਾਂ, ਜ਼ਿਆਦਾ ਨਹੀਂ ਬੋਲ ਰਿਹਾ, ਪਰ ਐਕਚੁਲੀ ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਹੀ ਖਾਸ ਨਾਮ, ਜਿਹਨੇ ਬਹੁਤ ਮਿਹਨਤ ਕੀਤੀ ਆਪਣੀ ਜਵਾਨੀ ਤੋਂ ਲੈ ਕੇ ਇਸ ਉਮਰ ਤੱਕ, ਔਰ ਅੱਜ ਵੀ, ਮਤਲਬ ਉਮਰ ਦੀ ਗੱਲ ਨਹੀਂ ਹੈ ਪਰ ਮਿਹਨਤ, ਮੈਂ ਬਹੁਤ ਵਾਰ ਦੇਖਿਆ ਕਿ ਭਾਅ ਜੀ 3-4 ਘੰਟੇ ਸੌਂਦੇ ਆ ਦਿਨ ਰਾਤ, ਔਰ ਰੋਜ਼ ਰੋਜ਼ੀ ਦੇ ਲਈ 14th February ਲਈ ਸਾਡੇ ਸਾਰਿਆਂ ਤੋਂ ਜ਼ਿਆਦਾ ਇਹ ਐਕਸਾਈਟਡ ਸੀਗੇ ਕਿ ਆਪਾਂ 14th February ਨੂੰ ਫਸਟ ਲੁੱਕ, ਕਦੀ ਕਿਸੇ ਫਿਲਮ 'ਚ ਇੱਦਾਂ ਨਹੀਂ ਹੋਇਆ ਕਿ ਫਸਟ ਲੁੱਕ ਆਫ ਦਾ ਮੂਵੀ ਆਡੀਅੰਸ ਦੇ ਵਿੱਚ ਰਿਵੀਲ ਕੀਤੀ ਜਾਵੇ। ਇਹ ਪਹਿਲੀ ਵਾਰੀ ਹੋ ਰਿਹਾ ਸਾਡੀ ਪੰਜਾਬੀ ਫਿਲਮ ਇੰਡਸਟਰੀ 'ਚ। ਸੋ ਮੈਂ ਉਹਨਾਂ ਦੀ ਤਾਰੀਫ ਸ਼ਾਇਦ ਸ਼ਬਦਾਂ 'ਚ ਨਹੀਂ ਕਰ ਸਕਦਾ, ਪਰ ਆਈ ਐਮ ਵੈਰੀ ਬਲੈਸਡ ਕਿ ਉਹ ਮੇਰੇ ਨਾਲ ਪਾਰਟਨਰ, ਵੱਡਾ ਭਰਾ, ਸਪੋਰਟ ਐਜ਼ ਅ ਮੈਂਟਰ ਹਰ ਵਕਤ ਨਾਲ ਨੇ, ਔਰ ਸਾਡੀ ਫਿਲਮ ਨੂੰ ਉਹਨਾਂ ਨੇ ਬਹੁਤ ਰੀਝਾਂ ਅਤੇ ਚਾਵਾਂ ਨਾਲ, ਜਿਵੇਂ ਕਿਸਾਨ ਆਪਦਾ ਖੇਤ ਨੂੰ ਸਿੰਚਦਾ, ਅਸੀਂ ਸਾਰਿਆਂ ਨੇ ਇਸ ਤਰ੍ਹਾਂ ਸਿੰਚਿਆ। ਇੱਕ ਵਾਰ ਜ਼ੋਰਦਾਰ ਤਾੜੀਆਂ ਮਨੀਸ਼ ਸਾਨੀ ਜੀ, ਦੋ ਸ਼ਬਦ ਜ਼ਰੂਰ। ਫਸਟ ਆਫ ਆਲ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ ਇੱਥੇ ਆਉਣ ਲਈ। ਸੋ ਜਿਸ ਤਰ੍ਹਾਂ ਗੁਰਨਾਮ ਹੋਰਾਂ ਨੇ ਕਿਹਾ ਕਿ ਆਲਰੇਡੀ ਸਾਡੀ ਐਕਸਾਈਟਮੈਂਟ ਜਿਹੜੀ ਸੀ ਨਾ, ਉਹ ਇੱਕ ਰੂਮ ਦੇ ਅੰਦਰ ਸੀਗੀ ਕਿ ਯਾਰ ਟੀਜ਼ਰ ਬਹੁਤ ਵਧੀਆ, ਫਿਲਮ ਬਹੁਤ ਵਧੀਆ। ਸਾਨੂੰ ਇਹ ਲੱਗਾ ਕਿ ਯਾਰ ਅਸੀਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਪਹਿਲੀ ਵਾਰ ਉਹ ਲੁੱਕ ਜਾ ਕੇ ਉਹਨਾਂ ਦੇ ਨਾਲ ਦਿਖਾਈਏ ਜਿਹੜੀ ਸ਼ਾਇਦ ਪਬਲਿਕ ਨੇ ਅਜੇ ਨਹੀਂ ਦੇਖੀ। ਸੋ ਥੈਂਕ ਯੂ ਤੁਹਾਡੇ ਸਾਰਿਆਂ ਦਾ ਆਉਣ ਲਈ।
ਤੇ ਆਪਾਂ ਹੁਣ ਆਈ ਥਿੰਕ ਟੀਜ਼ਰ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਸੋ ਪਲੀਜ਼ ਆਪਣਾ ਫੀਡਬੈਕ ਦਿਓ, ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਿਓ, ਔਰ ਮੇਰੇ ਵੱਲੋਂ ਅਤੇ ਤੁਸੀਂ ਸਾਰਿਆਂ ਵੱਲੋਂ ਮੈਨੂੰ ਕਲੈਪਿੰਗ ਚਾਹੀਦੀ ਪੂਰੀ ਟੀਮ ਦੇ ਨਾਮ 'ਤੇ। ਰਾਈਟਰ ਆਫ ਦਾ ਮੂਵੀ ਪ੍ਰੀਤ ਸਿੰਘ ਰੇੜੀ, ਮੈਂ ਚਾਹੁੰਦਾ ਵੀਰੇ ਤੁਸੀਂ ਇਹਨਾਂ ਦੇ ਬਹੁਤ ਸਾਰੇ ਗਾਣੇ ਤੁਸੀਂ ਪਹਿਲਾਂ ਸੁਣੇ ਹੋਏ ਆ, ਵੀ ਮੈਂ ਲਵਲੀ ਜੀ ਲਵਲੀ 'ਚ ਪੜ੍ਹਦੀ ਪੀ ਓ 'ਚ ਜੱਟ ਪੜ੍ਹਦਾ। ਸੋ ਦੋ ਸ਼ਬਦ ਵੀਰਾ। ਬਹੁਤ ਮਿਹਰਬਾਨੀ ਵੀਰੇ, ਅਤੇ ਮੇਰੀ ਪਹਿਲੀ ਫਿਲਮ ਆ ਰੋਜ਼ ਰੋਜ਼ੀ ਅਤੇ ਗੁਲਾਬ, ਅਤੇ ਬਹੁਤ ਟਾਈਮ 7 ਸਾਲ ਲੱਗ ਗਏ ਸੀ ਮੀਟਿੰਗਾਂ ਕਰਦਿਆਂ ਨੂੰ, ਪਰ ਪਤਾ ਨਹੀਂ ਸੀ ਵੀ ਗੁਲਾਬ ਨਾਲ ਇਹ ਫਿਲਮ ਆਉਣੀ ਆ, ਅਤੇ ਮੈਨੂੰ ਖੁਸ਼ੀ ਆ ਅਤੇ ਵੀਰੇ ਨਾਲ ਅਤੇ ਡਾਇਰੈਕਟਰ ਸਾਹਿਬ ਸਾਡੇ, ਅਤੇ 542 ਮੀਟਿੰਗਾਂ ਕੀਤੀਆਂ ਮੈਂ ਫਿਲਮਾਂ ਦੀਆਂ ਸਟੋਰੀਆਂ ਸੁਣਾਉਣ ਲਈ, 543ਵੀਂ ਮੀਟਿੰਗ ਮਨਵੀਰ ਬਾਈ ਨਾਲ ਸੀ, ਅਤੇ ਉਹ ਫਿਲਮ ਆ ਜਿਹੜੀ ਉਹ ਰੋਜ਼ ਰੋਜ਼ੀ ਅਤੇ ਗੁਲਾਬ ਆ। ਬਾਕੀ ਸਾਨੀ ਸਾਹਿਬ ਦਾ ਅਤੇ ਮੈਡਮ ਹੋਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ, ਬਹੁਤ ਸ਼ੁਕਰੀਆ ਜੀ। ਮੈਨੂੰ ਲੱਗਦਾ ਪ੍ਰਾਂਜਲੀ ਤੁਹਾਨੂੰ ਪਸੰਦ ਆ ਸਾਰਾ। ਕਿਸੇ ਹੋਰ ਦਾ ਵੈਲੈਂਟਾਈਨ ਬਣਾਉਣਾ ਬਣਾਉ, ਮੇਰਾ ਬਣ ਗਿਆ। ਤੋ ਕੈਸਾ ਲਗਾ ਆਪ ਲੋਗੋ ਕੋ? ਅਬ ਆਵਾਜ਼ ਨਹੀਂ ਆ ਰਹੀ, ਪਹਿਲੇ ਸਿੱਟੀ ਮਾਰੇ ਜਾ ਰਹੇ ਹੋ, ਬਤਾਓ ਕੈਸਾ ਲਗਾ ਆਪ ਲੋਗੋ ਕੋ? ਥੋੜ੍ਹੀ ਜਿਹੀ ਤਾਂ ਤਸੱਲੀ ਹੋਈ, ਪਹਿਲੀ ਫਿਲਮ ਹੈ, ਥੋੜ੍ਹਾ ਸਾ ਨਰਵਸ ਹੋ, ਜੈਸੇ ਆਪ ਲੋਗ ਪਹਿਲੇ ਪੇਪਰ ਕੇ ਲੋਗੇ, ਮੈਂ ਵੀ ਹੋਤੀ ਥੀ, ਤੋ ਮੇਰੀ ਪਹਿਲੀ ਮੂਵੀ ਹੈ, ਮੈਂ ਵੀ ਥੋੜ੍ਹੀ ਨਰਵਸ ਥੀ, ਪਰ ਅਬ ਆਪ ਲੋਗੋ ਨੇ ਹੌਸਲਾ ਦਿਆ, ਐਸੀ ਤਾਲੀਆਂ ਮਾਰਤੇ ਰਹੋ, ਸਿੱਟੀ ਮਾਰਤੇ ਰਹੋ, ਤੁਹਾਡੀ ਸੀਟੀ ਹੋ, ਤੁਹਾਡੀ ਤਾਲੀਓ ਕੇ ਲਈ ਤੁਮ ਯਹਾਂ ਖੜੇ ਹੈ, ਤੋ ਇੱਕ ਜ਼ੋਰਦਾਰ ਤਾਲੀ ਦੁਬਾਰਾ ਹੋ ਜਾਏ ਯਾਰ ਪੂਰੀ ਟੀਮ ਕੇ ਲਈ। ਪੱਕਾ ਇਸਕੇ ਬਾਅਦ ਗੁਰਨਾਮ ਸਰ ਆਪਕੋ ਸਾਰੇ ਗਾਣੇ ਸੁਣਾਏਗੇ, ਤੋ ਜ਼ੋਰਦਾਰ ਤਾਲੀ ਦੁਬਾਰਾ ਹੋ ਜਾਏ, ਔਰ ਮੈਂ ਜਿਪਸੀ ਵੀ ਸੁਣਾ ਦੂੰਗੀ। ਸੋ ਥੈਂਕ ਯੂ ਸੋ ਮਚ, ਐਸੀ ਸਪੋਰਟ ਕਰੋ, ਐਸੀ ਪਿਆਰ ਕਰਨਾ, 24 ਮਈ ਕੀ ਡੇਟ ਮਤ ਭੁੱਲਣਾ, ਜ਼ਰੂਰ ਜਾ ਕੇ ਮੂਵੀ ਦੇਖ ਕੇ ਆਉਣਾ, ਬਸ ਮੈਂ ਇਤਨਾ ਹੀ ਬੋਲ ਸਕਦੀ ਹੂੰ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਮੈਂ ਕਿਉਂ ਕਹਿ ਰਿਹਾ ਪ੍ਰਮੋਸ਼ਨਲ ਗਾਣਾ ਹਰਿਆਣਵੀ ਪਾ ਲਈਏ, ਇੱਕ ਜ਼ੋਰਦਾਰ ਤਾੜੀਆਂ ਇਹ ਦੋਨੇ ਸਟਾਰਸ ਲਈ, ਮਾਹੀ ਸ਼ਰਮਾ ਪ੍ਰਾਂਜਲ, ਇਹਨਾਂ ਦੋਨਾਂ ਨੇ ਬਹੁਤ ਮਿਹਨਤ ਕੀਤੀ ਔਰ ਬਹੁਤ ਵਧੀਆ ਕੰਮ ਕੀਤਾ, ਔਰ ਮੇਰਾ ਇਹ ਪ੍ਰੋਮਿਸ ਹੈ ਤੁਹਾਡੇ ਨਾਲ ਕਿ ਇਹ ਫਿਲਮ ਤੁਹਾਨੂੰ ਬਹੁਤ ਐਂਟਰਟੇਨ ਕਰੇਗੀ। ਕੋਈ ਮੈਸੇਜ ਦਾ ਮੈਨੂੰ ਪਤਾ ਨਹੀਂ, ਇਟਸ ਨੋਟ ਅ ਮੈਸੇਜ ਮੂਵੀ, ਪਰ ਤੁਹਾਨੂੰ ਬਹੁਤ ਸਵਾਦ ਆਊਗਾ। ਜ਼ੋਰਦਾਰ ਤਾੜੀਆਂ ਰੋਜ਼ ਰੋਜ਼ੀ ਅਤੇ ਗੁਲਾਬ ਦੀ। ਹੁਣ ਗਾਣਾ ਦੱਸੋ ਕਿਹੜਾ ਸੁਣਨਾ, ਫਿਰ ਮੇਰਾ ਸ਼ੋਅ ਅੱਜ ਵਿਆਹ ਦਾ ਚੱਲਿਆ ਹੋਇਆ। ਜਿਪਸੀ, ਜਿਪਸੀ ਦਾ ਮੈਂ ਪ੍ਰਾਂਜਲ ਦਾ ਸਾਥ ਦੇ ਸਕਦਾ ਪਰ ਗਾਏਗੀ ਪ੍ਰਾਂਜਲ। ਓ ਮੇਰਾ ਬਲ ਥਾਣੇਦਾਰ ਚਲਾ ਮੈਂ ਜਿਪਸੀ, ਮੇਰੇ ਨਾਲ ਗਾ ਲਓ, ਸ਼ੁਰੂ ਤੇ ਕਰੋ, ਮੈਂ ਸੁਰ ਮੈਂ ਦੇ ਦਾਂਗਾ, ਸ਼ਬਦ ਤੁਸੀਂ ਦੇ ਦੋ, ਸ਼ੁਰੂ ਕਰੋ, ਆਓ ਚੌਧਰੀ ਸਾਹਿਬ ਮਨੈ ਗਾਣਾ ਲਾ ਦੋ ਪਿੱਛੇ, ਗਾਣਾ ਜਬ ਲਏਗਾ ਜਬ ਸ਼ੋਰ ਹੋਏਗਾ ਥੋੜਾ ਸਾ। ਤੁਮਨੇ ਰੋਜ਼ ਰੋਜ਼ ਹੀ ਮੈਨੂੰ ਇਤਨਾ ਸ਼ੋਰ ਨਹੀਂ ਮਚਾਇਆ, ਥਾਣੇਦਾਰ ਪਸੰਦ ਆ ਰਿਹਾ, ਥੀਏਟਰੋਂ ਮੈਂ ਵੀ ਐਸੀ ਸਿੱਟੀ ਵੱਜਦੀ ਸੀ ਜਦ ਐਂਟਰੀ ਹੋ ਗਈ, ਠੀਕ ਹੈ ਚਲੀ ਚਲਾ ਦੋ ਯਾਰ, ਸੂਰਜ ਦਾਲੀ ਕੇ ਸਾਥ ਸਾਥ ਚਲੇਗੀ।
ਬਸ ਭਰਾ ਇਹ ਨਹੀਂ ਹੁੰਦਾ ਓ ਮੇਰੇ ਬੇਲੀਆ ਤੇਰੇ ਤੇ ਮਰਦੇ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮੁਹੱਬਤ ਸਜਦੇ ਤੈਨੂੰ ਹੀ ਕਰੀਏ ਤੇਰੇ ਤੋਂ ਡਰਦੇ ਆ ਤੇਰੇ ਨਾਲ ਗੱਲਾਂ ਕਰਕੇ ਸਾਰੇ ਰੱਬ ਨੂੰ ਮੰਨ ਗਏ ਤੇਰੀ ਗਲੀ ਦੇ ਬੱਚੇ ਵੀ ਸ਼ਾਇਰ ਬਣ ਗਏ ਤੂੰ ਆਪਣਾ ਖਿਆਲ ਰੱਖਿਆ ਕਰ ਵੇ ਤੂੰ ਹਰ ਹਾਲ ਰੱਖਿਆ ਕਰ ਵੇ ਮੈਂ ਤੇਰੇ ਦਰਦਾਂ ਦੀ ਦਵਾ ਤੂੰ ਮੈਨੂੰ ਨਾਲ ਰੱਖਿਆ ਕਰ ਜਿੱਥੇ ਕੋਈ ਨਹੀਂ ਖੜਦਾ ਤੇਰੇ ਲਈ ਉੱਥੇ ਅਸੀਂ ਤੈਨੂੰ ਪਿਆਰ ਮੁਹੱਬਤ ਕਰਦੇ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮੁਹੱਬਤ ਕਰਦੇ ਥੈਂਕ ਯੂ ਅਸੀਂ ਜਾਈਏ ਹੁਣ ਇੱਕ ਨੰਬਰ ਲਾ ਦੋ ਯਾਰ ਫਿਰ ਮੈਂ ਤੇ ਮਾਹੀ ਡਾਂਸ ਕਰਦੇ ਹਾਂ ਜਾਈਏ ਹੁਣ ਤੁਸੀਂ 24 ਮਈ ਨੂੰ ਆਓਗੇ ਸਿਨੇਮਾ ਚ ਕਿਵੇਂ ਲੱਗਿਆ ਤੁਹਾਨੂੰ ਟੀਜ਼ਰ ਟੀਜ਼ਰ ਨੇ ਐਕਚੁਅਲੀ ਫਸਟ ਲੁੱਕ ਟੀਜ਼ਰ ਭਾਜੀ ਕਦੋਂ ਆ ਰਹੇ 1 ਅਪ੍ਰੈਲ 13 ਅਪ੍ਰੈਲ ਪਹਿਲਾ ਗਾਣਾ ਵਿਸਾਖੀ ਤੇ 13 ਅਪ੍ਰੈਲ ਨੂੰ ਮੀਡੀਆ ਪਲੀਜ਼ ਕਲੋਜ਼ ਕਰ ਦਿਓ ਇੱਕ ਵੀ ਸਾਡੀ ਮੀਡੀਆ ਲਈ ਤਾੜੀਆਂ ਮਾਰ ਦਿਓ ਯਾਰ ਸਾਰਿਆਂ ਨੂੰ ਤੇ ਸਾਨੂੰ ਹੁਣ ਸਾਡੇ ਅਸੀਂ ਘਰਦਿਆਂ ਨੂੰ ਨਹੀਂ ਮਿਲਦੇ ਉਹਨਾਂ ਜਿੰਨਾ ਤੁਹਾਨੂੰ ਮਿਲਦੇ ਸਾਰਿਆਂ ਦਾ ਬਹੁਤ ਬਹੁਤ ਵੈਲਕਮ ਥੈਂਕ ਯੂ ਸੋ ਮੱਚ ਸਾਰੀ ਮੀਡੀਆ ਕਵਰੇਜ ਤੁਸੀਂ ਇਹਨੂੰ ਲਾਈਵ ਚਲਾਇਆ ਸਾਰੇ ਸਾਰੀ ਆਡੀਅੰਸ ਦਾ ਥੈਂਕਸ ਸਾਰੀ ਟੀਮ ਦਾ ਥੈਂਕਸ ਸੀ ਜੀ ਸੀ ਲਾਂਡਰਾ ਲਈ ਜ਼ੋਰਦਾਰ ਤਾੜੀਆਂ ਕੋਈ ਨਹੀਂ ਅੱਜ ਮੁੰਡਿਆਂ ਦੇ ਦਿਲ ਟੁੱਟੇ ਵਿਚਾਰਿਆਂ ਦੇ ਕੋਈ ਨਹੀਂ ਪਰ ਤੁਸੀਂ ਕੋਸ਼ਿਸ਼ ਨਹੀਂ ਛੱਡਣੀ ਠੀਕ ਹੈ ਤੁਹਾਨੂੰ ਕੀ ਲੱਗਦਾ ਕਿ ਰੋਜ਼ ਰੋਜ਼ੀ ਤੇ ਗੁਲਾਬ 'ਚ ਗੁਲਾਬ ਕਿਹਨੂੰ ਮਿਲੂਗਾ ਇਹ ਦੇਖਣ ਲਈ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਸੋ ਥੈਂਕ ਯੂ ਮਨਵੀਰ ਭਾਜੀ ਪ੍ਰੀਤ ਵੀਰਾ ਮਨੀਸ਼ ਭਾਜੀ ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ ਵਿਸ਼ਾਲ ਭਾਜੀ ਅਤੇ ਤੁਹਾਡਾ ਸਾਰਿਆਂ ਦਾ ਥੈਂਕਸ ਜ਼ਰੂਰ ਸ਼ੇਅਰ ਕਰਿਓ ਤੁਹਾਨੂੰ ਕਿਵੇਂ ਲੱਗਿਆ ਯੂਟਿਊਬ 'ਤੇ ਵੀ ਹੋ ਗਿਆ ਲਾਈਵ ਹਾਂਜੀ ਯੂਟਿਊਬ 'ਤੇ ਵੀ ਇਹ ਲਿੰਕ ਨੂੰ ਜੇ ਤੁਸੀਂ ਚੈੱਕ ਕਰਕੇ ਸ਼ੇਅਰ ਚੰਗਾ ਲੱਗੇ ਅੱਛਾ ਇੱਕ ਛੋਟਾ ਜਿਹਾ ਕੰਟੈਸਟ ਤੁਹਾਡੇ ਸਾਰਿਆਂ ਲਈ ਲਾਈਵ ਹੋ ਚੁੱਕਿਆ ਯੂਟਿਊਬ 'ਤੇ ਹੁਣੇ ਜਿਹੜਾ ਸਭ ਤੋਂ ਪਹਿਲੇ 5 ਕਮੈਂਟ ਕਰੂਗਾ ਪ੍ਰਾਂਜਲ ਉਹਨਾਂ ਨੂੰ 5 ਰੋਜ਼ ਦਊਗੀ ਵੈਲੈਂਟਾਈਨਸ ਡੇ ਆ ਅਤੇ ਪ੍ਰਾਂਜਲ ਤਾਂ ਤੁਸੀਂ ਰੋਜ਼ ਲੈਣਾ ਸੋ ਪਹਿਲੇ 5 ਕਮੈਂਟ ਦੇਖ ਲਓ
ਯੋਰ ਟਾਈਮ ਸਟਾਰਟਸ ਨਾਓ। ਕੁੜੀਆਂ ਵੀ ਕਰ ਸਕਦੀ ਤੇ ਗੁਰਨਾਮ ਕੁੜੀਆਂ ਨੂੰ ਦੇਊਗਾ। ਪਹਿਲੇ ਡਾਇਮੰਡ ਸਟਾਰ ਵਰਲਡਵਾਈਡ ਚੈਨਲ ਤੇ ਆ, ਪਹਿਲੇ 10 ਮੁੰਡੇ ਉਹਨਾਂ ਨੂੰ ਮਾਹੀ ਤੇ ਪ੍ਰਾਂਜਲ ਰੋਜ਼ਸ ਦੇਣਗੀਆਂ, ਤੇ ਪਹਿਲੀਆਂ ਕੁੜੀਆਂ ਕੁੜੀਆਂ ਮੈਂ ਸਾਰਿਆਂ ਨੂੰ ਦੇ ਦੂੰਗਾ ਯਾਰ ਰੋਜ਼। ਤੁਸੀਂ ਕਮੈਂਟ ਭਾਵੇਂ ਨਾ ਵੀ ਕਰੋ, ਸਾਰੇ ਰੋਜ਼ਸ ਤੁਹਾਡੇ ਲਈ। ਚਲੋ ਜਲਦੀ ਜਲਦੀ ਡਾਇਮੰਡ ਸਟਾਰ ਦੀਕਸ਼ਾ ਰਾਜਪੂਤ। ਅੱਛਾ ਪਹਿਲਾਂ ਤੁਸੀਂ ਦਿਓ। ਹਾਂ ਮੈਂ ਤਾਂ ਦਊਂਗਾ। ਇੱਧਰ ਆਓ ਵੀਰੇ, ਅੱਗੇ ਆਓ। ਹੁਣ ਤੁਹਾਨੂੰ ਮਾਈਕ ਵੀ ਕਿਵੇਂ ਲੱਗ ਰਿਹਾ ਤੁਹਾਨੂੰ? ਸਰ ਇਹ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ। ਅਬ ਦੇਖਣੇ ਜਾਣਾ ਫਿਲਮ 24 ਮਈ। ਫੈਮਿਲੀ ਹੈ ਆਪਕੀ? ਅੱਛਾ ਨਹੀਂ ਮਤਲਬ ਫੈਮਿਲੀ ਤਾਂ ਆਫਕੋਰਸ ਹੋਊਗੀ। ਮਨਿੰਦਰਜੀਤ ਕੌਰ ਮੈਂ ਤਾਂ ਮਨਪ੍ਰੀਤ ਨੂੰ ਦੇਣਾ ਚਾਹੁੰਦਾ। ਜ਼ੋਰਦਾਰ ਤਾੜੀਆਂ। ਆਈ ਵਿਸ਼ ਗੁੱਡ ਲੱਕ ਟੂ ਯੋਰ ਟੀਮ। ਥੈਂਕ ਯੂ ਸੋ ਮਚ ਸਰ। ਯਸ਼ ਗੋਇਲ, ਅਗਰ ਯਸ਼ ਗੋਇਲ ਹੈ ਤਾਂ ਉਹ ਵੀ ਸਟੇਜ ਤੇ ਆ ਜਾਣ। ਅੱਛਾ ਐਂਕਰ ਹੈਗਾ ਆਪਣੇ ਕੋਲ, ਮੈਨੂੰ ਐਂ ਹੀ ਐਂਕਰ ਬਣਾਇਆ ਹੋਇਆ ਤੁਸੀਂ। ਸਰ ਤੁਹਾਡੇ ਹੁੰਦੇ ਸਾਨੂੰ ਅੱਗੇ ਆਉਣ ਦੀ ਲੋੜ ਨਹੀਂ ਪੈਂਦੀ ਨਾ। ਜਦੋਂ ਤੁਸੀਂ ਆਪ ਪ੍ਰੋਡਿਊਸਰ ਬਣਦੇ ਨਾ ਫਿਰ ਐਂਕਰ ਤਾਂ ਬਹੁਤ ਛੋਟਾ ਕੰਮ ਲੱਗਦਾ। ਈਸ਼ਾ ਗੁਪਤਾ ਅਗਰ ਉਹ ਵੀ ਹੈਗੇ ਤਾਂ ਸਟੇਜ ਤੇ ਆ ਜਾਣ। ਨੋ ਨੈਟ ਨਹੀਂ ਚੱਲ ਰਿਹਾ, ਯਹੀ ਤੋ ਟਾਸਕ ਹੈ। ਆ ਜਾਓ ਆ ਜਾਓ ਆ ਜਾਓ। ਪ੍ਰਾਂਜਲ ਨੇ ਮੇਲਾ ਲੁੱਟ ਲਿਆ ਅੱਜ। ਜ਼ੋਰਦਾਰ ਤਾੜੀਆਂ। ਪ੍ਰਾਂਜਲ ਦੀ ਪਹਿਲੀ ਮੂਵੀ ਹੈ, ਬਹੁਤ ਸਾਰਾ ਪਿਆਰ ਦਿਓ ਇਹਨੂੰ। ਮੈਂ ਰੋਜ਼ ਲੈਣਾ ਇੱਕ ਕੁੜੀ ਤੋਂ। ਲੈ ਕੇ ਆਏ ਨੀ ਤੁਸੀਂ ਮੇਰੇ ਲਈ ਰੋਜ਼? ਅੱਛਾ ਰੋਜ਼ ਵੀ ਮੈਂ ਹੀ ਦਵਾਂ ਤੁਹਾਨੂੰ? ਤੁਹਾਨੂੰ ਕੱਲ ਦਾ ਪਤਾ ਸੀ ਨਾ, ਕੋਈ ਮੇਰੇ ਲਈ ਕੋਈ ਚੋਕਲੇਟ ਨਹੀਂ ਲੈ ਕੇ ਆਈ ਕੁੜੀ। ਮਨਪ੍ਰੀਤ ਲੈ ਕੇ ਆਈ ਹੈ। ਯੈਸ ਯਾਰ, ਉਹਨੇ ਅਰੇਂਜ ਤਾਂ ਕੀਤਾ ਨਾ। ਨੀਚੇ ਬੈਠ।
ਪਰ ਇਹ ਮੈਂ ਤੁਹਾਨੂੰ ਦੇਣਾ ਚਾਹੁੰਦਾ। ਮੁੰਡੇ ਕਹਿੰਦੇ ਆਈ ਲਵ ਯੂ। ਮਨਪ੍ਰੀਤ ਤੁਸੀਂ ਕੀ ਕੁਛ ਕਹਿਣਾ ਚਾਹੋਗੇ? ਤੁਸੀਂ ਟੀਜ਼ਰ ਦੇਖਿਆ ਹੈ, ਮਨਪ੍ਰੀਤ ਸ਼ੀਜ਼ ਅ ਵੈਰੀ ਹੋਣਹਾਰ ਜਰਨਲਿਸਟ ਆਫ ਦਾ ਪੰਜਾਬੀ ਫਿਲਮ ਇੰਡਸਟਰੀ। ਜ਼ੋਰਦਾਰ ਤਾੜੀਆਂ ਸਾਰੇ ਮੀਡੀਆ ਲਈ। ਤੁਸੀਂ ਆਨੈਸਟ ਰਿਵਿਊ ਦੇਣਾ ਟੀਜ਼ਰ ਦਾ, ਫਸਟ ਲੁੱਕ ਦਾ। ਸੋ ਗੁਰਨਾਮ ਦੀ ਕੋਈ ਵੀ ਫਿਲਮ ਹੋਵੇ, ਕੋਈ ਵੀ ਕੁਛ ਵੀ ਹੋਵੇ, ਗੁਰਨਾਮ ਦੀ ਫਿਲਮ ਦਾ ਇੰਤਜ਼ਾਰ ਮੈਨੂੰ ਤਾਂ ਪਰਸਨਲੀ ਬਹੁਤ ਰਹਿੰਦਾ। ਸੋ ਅੱਜ ਵੈਲੈਂਟਾਈਨਸ ਡੇ ਦੇ ਖਾਸ ਮੌਕੇ ਤੇ ਗੁਲਾਬਾਂ ਨਾਲ ਸੰਬੰਧਿਤ ਅੱਜ ਟੀਜ਼ਰ ਰਿਲੀਜ਼ ਹੋਇਆ, ਰੋਜ਼ ਰੋਜ਼ੀ ਤੇ ਗੁਲਾਬ ਦਾ। ਸੋ ਬਈ ਪਰਸਨਲੀ ਸਾਰਿਆਂ ਨੂੰ ਹੀ ਵਧੀਆ ਲੱਗਿਆ ਹੋਏਗਾ। ਗੁਰਨਾਮ, ਇਸ 'ਚ ਤਾਂ ਪਰਸਨਲ ਰਿਵਿਊ ਦੀ ਵੀ ਜ਼ਰੂਰਤ ਨਹੀਂ ਆ, ਨੋਰਮਲ ਵੀ ਨਹੀਂ, ਤੁਹਾਡੀ ਫਿਲਮ, ਤੁਹਾਡੇ ਗਾਣੇ ਹੁਣ ਅਸੀਂ ਕਿਉਂ ਨਾ ਪਸੰਦ ਕਰੀਏ ਯਾਰ। ਗੋਡ ਬਲੈਸ ਯੂ, ਬੈਸਟ ਵਿਸ਼ਸ। ਥੈਂਕ ਯੂ ਸੋ ਮਚ, ਗੋਡ ਬਲੈਸ ਯੂ। ਕਿਹੜੇ ਵਿਆਹ ਦੀ ਤਰੀਕ? ਮੇਰਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਵਿਆਹ ਵਾਲੀ ਗੱਲ ਨਾ ਕਰਿਆ ਕਰੋ ਮੇਰੇ ਨਾਲ। ਆ ਮੀਡੀਆ ਵਾਲੇ ਸਾਰੇ ਸੁਣ ਲਓ, ਜੇ ਇਸ ਫਿਲਮ ਦੀ ਪ੍ਰਮੋਸ਼ਨ 'ਚ ਮੈਨੂੰ ਪੁੱਛਿਆ ਨਾ ਵਿਆਹ ਕਰਾ ਕੇ ਕਿੱਦਾਂ ਦਾ ਫੀਲ ਹੋ ਰਿਹਾ, ਮੈਂ ਤੁਹਾਡੇ ਕੈਮਰੇ ਚੱਕ ਕੇ ਲੈ ਜਾਣੇ ਆਪਦੇ ਨਾਲ। ਨਹੀਂ, ਪੀ ਆਰ ਵਾਲੇ ਤਾਂ ਸਾਡੇ ਆਪਦੇ ਬੰਦੇ ਆ, ਤੁਸੀਂ ਵੀ ਆਪਦੇ ਹੋ। ਗੱਲ ਕੋਈ ਚੱਲਦੀ ਹੁੰਦੀ ਆ, ਹਾਂਜੀ ਫਿਰ ਵਿਆਹ ਤੋਂ ਬਾਅਦ ਕਿੱਦਾਂ ਦਾ ਫੀਲ ਹੋ ਰਿਹਾ? ਮੇਰਾ ਉਦੋਂ ਦਿਲ ਕਰਦਾ ਹੁੰਦਾ ਕੋਈ ਖੂਹ ਹੋਵੇ, ਮੈਂ ਉਹਦੇ ਵਿੱਚ ਜਾ ਕੇ ਲੁਕ ਜਾ। ਸੋ ਪਲੀਜ਼ ਹੁਣ ਤੁਸੀਂ ਪੁੱਛਣੇ ਕੁਸ਼ਚਨ, ਠੀਕ ਹੈ? ਹਾਂ ਹਾਂ, ਕੋਈ ਨੀ, ਉਹ ਤਾਂ ਆਪ ਕਹਿੰਦੀ ਹੈ ਕਿ ਤੇਰੀ ਜ਼ਿੰਦਗੀ 'ਚ ਹੋਰ ਬਹੁਤ ਚੀਜ਼ਾਂ, ਵਿਆਹ ਤੋਂ ਬਾਹਰ ਨਿਕਲ। ਚੋਕਲੇਟ ਆ ਜਾਓ, ਚੋਕਲੇਟ ਵੀ ਉਹ ਹੈਲਥ ਕੋਨਸ਼ੀਅਸ ਵਾਲੀ ਡਾਰਕ ਚੋਕਲੇਟ ਆਪਾਂ ਦੇ ਦੀ ਖਾਵਾਂਗੇ। ਯਾਰ ਪਿਆਰ ਨਾਲ ਕੋਈ ਜ਼ਹਿਰ ਵੀ ਦੇਵੇ ਉਹ ਵੀ ਮਿੱਠਾ ਹੀ ਹੁੰਦਾ, ਇਹ ਤਾਂ ਫਿਰ ਚੋਕਲੇਟ ਆ। ਸਾਡਾ ਦਿਲ ਨਹੀਂ ਕਰ ਰਿਹਾ ਪਤਾ ਜਾਣ ਨੂੰ ਅੱਜ। ਆਇਓ ਆਇਓ ਆਇਓ, ਪਿੱਛੇ ਵਾਲਿਓ, ਹੋ ਗਈ ਤੁਹਾਡੀ ਕਲਾਸ ਖਤਮ? ਥੈਂਕ ਯੂ। ਤੁਹਾਨੂੰ ਟੀਜ਼ਰ ਵਧੀਆ ਲੱਗਿਆ ਫਿਲਮ ਦਾ? ਦੇਖਿਆ ਕਿ ਨਹੀਂ ਦੇਖਿਆ? ਇੱਕ ਰੋਜ਼ ਦੇ ਦਿਓ ਮੈਮ। ਕਿਆ ਨਾਮ ਹੈ ਆਪਕਾ? ਤੁਸੀਂ 24th ਮੇ ਨੂੰ ਅਨੁਨੀਤ ਰੋਜ਼ ਬੋਲਣਾ ਤੇ ਤੁਸੀਂ ਪ੍ਰੀਮੀਅਰ ਤੇ ਇਨਵਾਈਟਡ ਹੋ, ਠੀਕ ਹੈ? ਸਾਡੀ ਪੋਸਟ ਤੇ ਤੁਸੀਂ ਜ਼ਰੂਰ ਪਹੁੰਚੋ, ਪਲੀਜ਼ ਪਲੀਜ਼ ਪਲੀਜ਼। ਤੁਸੀਂ ਵੀਡੀਓ ਬਣਾਓ, ਯੈਲੋ, ਤੁਸੀਂ ਯੈਲੋ ਸੂਟ ਵੀ ਤਾਂ ਹੀ ਪਾ ਕੇ ਆਏ ਆ ਅੱਜ। ਪਤੰਗ ਕਿਹਨੂੰ ਕਿਹਨੂੰ ਉਡਾਉਣੀ ਆਉਂਦੀ ਆ? ਜ਼ਰੂਰ ਉਡਾਇਓ ਘਰੇ ਜਾ ਕੇ, ਇੱਥੇ ਕੰਪੀਟੀਸ਼ਨ ਵੀ ਰੱਖਿਆ ਨਾ। All right, thank you so much Gurnaam and the team, and wishes to you ki thodi movie bahut successful rahe. Now Basant Panchmi ke occasion pe I want all the three people, Mahi, Pranjal and Gurnaam, ek kite udaonge, patang udaonge, and you have to be on their side. Let's see who wants Pranjal to fly the kite. Pranjal, Gurnaam, Mahi,
ਮੈਨੂੰ ਨਹੀਂ ਆਉਂਦੀ, ਸੱਚੀ ਨਹੀਂ ਆਉਂਦੀ, ਪਰ ਮੈਂ ਟਰਾਈ ਜ਼ਰੂਰ ਕਰੂੰਗਾ, ਫੇਲ ਹੀ ਹੋ ਜਾਊਗਾ, ਵੱਧ ਤੋਂ ਵੱਧ ਕੀ ਹੋਊਗਾ। ਸਾਰੇ ਦਿਨ ਪ੍ਰਾਂਜਲ ਨੂੰ ਤਾਂ ਆਉਂਦੀ ਹੈ, ਤੂੰ ਤਾਂ ਅੱਜ ਸੱਚੀ ਪਤੰਗ ਨੂੰ ਕਹਿ ਦੇਣਾ, ਜਿਵੇਂ ਮੁੰਡੇ ਤੇ ਪਤੰਗ ਉੱਡਣ ਨੂੰ ਫਿਰਦੇ ਤੇਰੇ ਕਹਿਣ ਤੇ, ਤੂੰ ਕਹਿ ਦੇ ਉੱਡ ਜਾ, ਮੁੰਡੇ ਨੂੰ ਕਹਿ ਕੇ ਉੱਡ ਜਾਓ, ਹੁਣ ਕਬੂਤਰ ਬਣ ਜਾਣਗੇ। ਇੱਕ ਵਾਰੀ ਕਈ ਮੁੰਡੇ ਉੱਡੋ ਹੁਣੇ ਵੇਖੀ ਫਲਾਈ ਕਰਨਗੇ ਸਾਰੇ, ਸੇ ਸਾਰੇ ਮੁੰਡੇ ਬਸ ਹੱਥ ਉੱਤੇ ਉੱਪਰ ਕਰ ਲਓ, ਇਸੇ ਬਸ ਇਤਨਾ ਹੀ ਬਹੁਤ ਹੈ ਮੇਰੇ ਲਈ ਤਾਂ। ਅੱਛਾ ਦੇਖੋ, ਪੇਚਾ ਵੀ ਉਹਨਾਂ ਦਾ ਪਿਆ ਜਿਹਨਾਂ ਦਾ ਫਿਲਮ 'ਚ ਵੀ ਪੇਚਾ ਪੈਂਦਾ। ਮੇਰੇ ਵਾਲੀ ਉੱਡ ਗਈ ਪਰ ਫਿਰ ਡਿੱਗ ਪਈ ਵਿਚਾਰੀ। ਥੈਂਕ ਯੂ ਗਾਇਜ਼, ਥੈਂਕ ਯੂ ਸੋ ਮੱਚ। ਇੱਕ ਕੁੜੀ ਤੋਂ ਮੈਂ ਰੋਜ਼ ਲੈ ਕੇ ਜਾਣਾ, ਉਹ ਹੈ ਮਾਹੀ ਸ਼ਰਮਾ। ਪਲੀਜ਼ ਮੈਨੂੰ ਇੱਕ ਰੋਜ਼ ਦੇ ਦਿਓ ਰੋਜ਼ੀ ਜੀ। ਐ ਨਹੀਂ ਤਰੀਕੇ ਨਾਲ, ਵਧੀਆ ਮੈਂ ਥੱਲੇ ਬਹਿ ਕੇ। ਤੁਹਾਡੇ ਇੱਕ ਵਾਲਾ ਵਾਲਾ ਦੇ ਦਿਓ, ਚਲੋ ਐਂ ਦੇ ਦਿਓ। ਥੈਂਕ ਯੂ, ਇੱਕ ਹੋਰ ਦੇ ਦਿਓ ਪ੍ਰਾਂਜਲ, ਤੁਸੀਂ ਮੈਨੂੰ ਰੋਜ਼ ਦੇ ਦੋਗੇ। ਮੁੰਡੇ ਹੋ, ਮੈਨੂੰ ਹੇਟ ਨਹੀਂ ਕਰਨੀ, ਠੀਕ ਹੈ ਨਾ? ਬੱਟੇ ਹੋਣ ਲੱਗ ਜਾਣੇ ਹੁਣ ਵਿੱਚ, ਸਾਰੇ ਹੀ ਦੇ ਦੇ, ਤੁਹਾਨੂੰ ਥੋੜ੍ਹੀ ਦੇਣੇ, ਸਾਰੇ ਮੈਂ ਇਹਨਾਂ ਨੂੰ ਦੇਣੇ ਆ, ਹੈ ਨਾ? ਨੂਵੇ ਥੋੜ੍ਹੀ ਥਾਰੀ ਕਿ ਨਾ, ਟੈਨਸ਼ਨ ਬੰਦਾ ਲਿਓ, ਗੇਰ ਲੂੰਗੀ ਸਾਰਿਆਂ ਨੇ। ਤੋ ਇਹ ਇੱਕ ਦੋ ਰੋਜ਼ ਉਧਰ ਜਾਏਗੀ, ਇਹ ਕਿਧਰ ਜਾਏਗਾ, ਕਲੇਸ਼ੀ ਛੋਰੀ ਵਾ ਦੇਖੋ, ਠੀਕ ਹੈ? ਤੋ ਇੱਕ ਜ਼ੋਰਦਾਰ ਤਾਲੀ ਹੋ ਜਾਏ। ਮੈਂ ਲੜਕੀ ਤੁਮੇ ਥੋੜ੍ਹੀ ਸੀ ਜਲਨ ਹੋ ਰਹੀ ਹੋਗੀ, ਤਾਂ ਹੋ ਰਹੀ ਹੈ, ਕਰ ਲਓ, ਮੇਰੀ ਕਿਸਮਤ ਮੈਂ ਇਹ ਰੋਜ਼ ਦੱਸ ਦੇਣਾ, ਮੂਟਿੰਗ ਕਰ ਦੇਣਾ, ਤੁਮੇ ਵੀ ਮਿਲਣੇ ਵਾਲੇ। ਭਾਈ ਸਾਹਿਬ ਨੇ ਸੈੱਟ ਲਾਇਆ ਵੇ, ਯਾਰੀ ਸੈੱਟ ਆਣਾ।